ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਗੁਜ਼ਰਾਂ ਤੋਂ ਆਪਾਂ ਗੁਰੂ ਦਾ ਸੰਕਲਪ ਤਾਂ ਕੰਸੈਪਟ ਆਫ ਗੁਰੂ ਵਿਸ਼ੇ ਦੀ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਸਤਿਗੁਰੂ ਨੇ ਸਾਨੂੰ ਇਹ ਦ੍ਰਿੜ ਕਰਾ ਦਿੱਤਾ ਹੈ ਕਿ ਗੁਰਬਾਣੀ ਗੁਰੂ ਹੈ, ਬਾਣੀ ਗੁਰੂ ਹੈ। ਔਰ ਬਾਣੀ ਕਿਹੜੀ ਬਾਣੀ ਗੁਰੂ ਹੈ? ਗੁਰਬਾਣੀ ਗੁਰੂ ਹੈ, ਗੁਰੂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਹੁਣ ਸਾਡੇ ਇੱਕ ਸਾਹਮਣੇ ਇੱਕ ਸਵਾਲ ਆਇਆ ਕਿ ਜੇ ਗੁਰਬਾਣੀ ਗੁਰੂ ਹੈ ਤਾਂ ਗੁਰਬਾਣੀ ਗੁਰੂ ਦੇ ਦਰਸ਼ਨ ਕਿਵੇਂ ਕੀਤੇ ਜਾਣ? ਅੱਜ ਦੇ ਦੋਨੋਂ ਪ੍ਰਮਾਣ ਗੁਰੂ ਅਰਜਨ ਸਾਹਿਬ ਦੇ ਉਚਾਰਨ ਕੀਤੇ ਹੋਏ ਨੇ, ਜਿਹਦੇ ਵਿੱਚੋਂ ਪਹਿਲੇ ਪ੍ਰਮਾਣ 'ਚ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਸਮਝਾਉਂਦੇ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ, ਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਹੇ ਮੇਰੇ ਸਤਿਗੁਰੂ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਆਪ ਜੀ ਕੱਲ ਕਹੋਗੇ ਕਿ ਨਾਲੇ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਕਹਿਤਾ ਅਤੇ ਨਾਲੇ ਸਤਿਗੁਰੂ ਜੀ ਕਹਿਤਾ। ਇਹ ਗੱਲ ਵੀ ਥੋੜ੍ਹਾ ਜਿਹਾ ਅੱਗੇ ਆਪਾਂ ਵਿਸ਼ੇ ਨੂੰ ਜਿਵੇਂ ਜਿਵੇਂ ਵਿਚਾਰਾਂਗੇ ਆਪਾਂ ਨੂੰ ਸਮਝ ਲੱਗ ਜਾਏਗੀ। ਇੱਥੇ ਆਪ ਜੀ ਮੇਰੀ ਗੱਲ 'ਤੇ ਇੰਨਾ ਕੁ ਵਿਸ਼ਵਾਸ ਕਰਕੇ ਅੱਗੇ ਚੱਲ ਪਵੋ, ਅੱਗੇ ਗੱਲ ਨੂੰ ਆਪਾਂ ਨੂੰ ਇਹਨੂੰ ਵਿਚਾਰ ਕਰਕੇ ਸਮਝਾਂਗੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਹੇ ਅਕਾਲ ਪੁਰਖ ਜੀ, ਹੇ ਮੇਰੇ ਸਤਿਗੁਰੂ ਜੀ, ਆਪ ਜੀ ਦੀ ਬਾਣੀ ਅੰਮ੍ਰਿਤ ਹੈ। ਅੰਮ੍ਰਿਤ ਜਿਹੜਾ ਮੌਤ ਤੋਂ ਬਚਾਉਣ ਵਾਲਾ, ਜਿਹਦੇ ਪੀਣ ਨਾਲ ਮੌਤ ਨਾ ਆਵੇ। ਹੁਣ ਬਾਣੀ ਉਹ ਅੰਮ੍ਰਿਤ ਹੈ ਜਿਹਦੇ ਪੀਣ ਦੇ ਨਾਲ, ਜਿਹਦੇ ਛਕਣ ਦੇ ਨਾਲ ਫਿਰ ਆਤਮਕ ਮੌਤ ਨਹੀਂ ਆਉਂਦੀ। ਆਤਮਕ ਤੌਰ 'ਤੇ ਬੰਦਾ ਸਦਾ ਜਿਉਂਦਾ ਰਹਿੰਦਾ ਹੈ, ਕਿਉਂਕਿ ਅਸੀਂ ਆਪਣੇ ਇਸੇ ਜੀਵਨ ਕਾਲ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਆਤਮਕ ਤੌਰ 'ਤੇ ਮਰਦੇ ਹਾਂ ਜੀਵਨ ਕਾਲ ਦੇ ਵਿੱਚ। ਤਾਂ ਕੀ ਮੈਂ ਤਾਂ ਕਹਾਂ, ਕਈ ਵਾਰੀ ਤਾਂ ਇੱਕ ਦਿਹਾੜੀ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਆਤਮਕ ਮੌਤ ਮਰਦੇ ਹਾਂ। ਲੇਕਿਨ ਜੇ ਅੰਮ੍ਰਿਤ ਬਾਣੀ ਜਿਹੜੀ ਹੈ ਛੱਕ ਰਹੀ ਹੋਈ ਹੈ, ਹੁਣ ਇਹਨੂੰ ਛੱਕਣ ਦਾ ਕੀ ਤਰੀਕਾ? ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਿਵੇਂ ਜਿਵੇਂ ਅਸੀਂ ਸੁਣਦੇ ਹਾਂ ਇਸ ਪਾਵਨ ਬਾਣੀ ਨੂੰ, ਪਾਵਨ ਸ਼ਬਦਾਂ ਨੂੰ ਸੁਣਦੇ ਹਾਂ, ਮੇਰੀ ਜੀਵਨ ਦੀ ਅਵਸਥਾ ਉੱਚੀ ਹੋਈ ਜਾਂਦੀ ਹੈ, ਪਰਮਗਤ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋਈ ਜਾਂਦੀ ਮੈਨੂੰ। ਜਲਣ ਬੁਝੀ ਸੀਤਲ ਹੋਏ ਮੂਲੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਿਸ ਤਰ੍ਹਾਂ ਜਿਸ ਵੇਲੇ ਮੈਂ ਅੰਮ੍ਰਿਤ ਬਾਣੀ ਸੁਣ ਸੁਣ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਤਾਂ ਮੈਨੂੰ ਸਤਿਗੁਰ ਦੇ ਦਰਸ਼ਨ ਹੋ ਗਏ। ਇਹ ਹੈ ਗੁਰੂ ਦੇ ਦਰਸ਼ਨ ਕਰਨੇ, ਗੁਰਬਾਣੀ ਗੁਰੂ ਦੇ ਦਰਸ਼ਨ ਕਰਨੇ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਫਿਰ ਕੀ ਮੈਨੂੰ ਪ੍ਰਾਪਤ ਕੀ ਹੋਇਆ? ਜਲਣ ਬੁਝੀ ਸੀਤਲ ਹੋਏ ਮਨੁਆ, ਮੇਰੇ ਮਨ ਦੇ ਅੰਦਰ ਜੋ ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ, ਵਿਕਾਰਾਂ ਦੀ ਅੱਗ ਬਲ ਰਹੀ ਸੀ, ਇਹ ਸਾਰੀ ਬੁਝ ਗਈ ਅਤੇ ਮਨ ਨੂੰ ਐਂ ਠੰਡ ਪੈ ਗਈ, ਠੰਡਾ ਠਾਰ ਹੋ ਗਿਆ ਮਨ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਬਾਣੀ ਸੁਣਨਾ, ਬਾਣੀ ਪੜ੍ਹਨਾ, ਬਾਣੀ ਨੂੰ ਵਿਚਾਰਨਾ, ਉਹਨੂੰ ਜੀਵਨ ਦੇ ਵਿੱਚ ਧਾਰਨ ਕਰਨਾ, ਇਹ ਹੈ ਗੁਰਬਾਣੀ ਗੁਰੂ ਦੇ ਦਰਸ਼ਨ ਕਰਨੇ। ਅੱਜ ਦੇ ਦੂਸਰੇ ਪ੍ਰਮਾਣ 'ਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ, ਕਿਵੇਂ ਗੁਰੂ ਦੇ ਦਰਸ਼ਨ? ਗੁਰਬਾਣੀ ਗੁਰੂ ਦੇ, ਮਨ ਮੈਂ ਧਿਆਨ, ਗੁਰਬਾਣੀ ਦਾ ਮਨ ਦੇ ਵਿੱਚ ਧਿਆਨ ਕਰਨਾ, ਗੁਰੂ ਦੇ ਸ਼ਬਦ ਦਾ ਮਨ ਦੇ ਵਿੱਚ ਵਿਚਾਰ ਕਰਨਾ। ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰੂ ਦੇ ਸ਼ਬਦ ਰਾਹੀਂ ਮੰਤਰ ਦਾ ਭਾਵ
ਜਿਸ ਲਈ ਗੁਰਬਾਣੀ ਦੇ ਵਿੱਚ ਮੰਤਰ ਸ਼ਬਦ ਆਉਂਦਾ ਹੈ, ਇਹਦਾ ਭਾਵ ਹੈ ਗੁਰੂ ਦਾ ਉਪਦੇਸ਼। ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦਾ ਉਪਦੇਸ਼ ਦ੍ਰਿੜ ਕਰਕੇ ਆਪਣੇ ਮਨ ਨੂੰ ਪੱਕਾ ਕਰ ਲੈਣਾ, ਆਪਣੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਦਾ ਧਿਆਨ ਕਰਨਾ, ਇਹ ਹੈ ਗੁਰੂ ਦੇ ਦਰਸ਼ਨ ਕਰਨੇ, ਗੁਰਬਾਣੀ ਗੁਰੂ ਦੇ ਦਰਸ਼ਨ ਕਰਨੇ। ਅਸੀਂ ਕਿਵੇਂ ਦਰਸ਼ਨ ਕਰ ਰਹੇ ਹਾਂ, ਅਸੀਂ ਆਪ ਆਪਣੇ ਵਿਚਾਰ ਕਰ ਲਈਏ ਕਿ ਅਸੀਂ ਰੋਜ਼ ਗੁਰਬਾਣੀ ਗੁਰੂ ਦੇ ਦਰਸ਼ਨ ਕਰ ਰਹੇ ਹਾਂ। ਇਹ ਵੀ ਸਾਡੇ ਆਪਣੇ ਵਿਚਾਰਨ ਵਾਲਾ ਵਿਸ਼ਾ ਹੈ, ਅਸੀਂ ਆਪਣੀ ਸਵੈ ਪੜਚੋਲ ਆਪ ਕਰਨੀ ਹੈ। ਅੱਜ ਇਤਨੇ ਇੱਕ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।